ये आपको जो रश नज़र आ रहा है ये बिजली के बिलों के खिलाफ एहतजाज हो रहा है, क्योंकि गवर्नमेंट ने बहुत ज़्यादा टैक्स लगा दिए हैं और आवाम बहुत ज़्यादा परेशान है। तो आइए आपको दिखाते हैं। सर जी साढ़े नाल जुलम होया, अस केड़े पासे बंजिए, ते गरीब छोटे छोटे बाल मजदूरी करे ते अस क्यों बिल भरी, साढ़े कोले बिल नहीं भर रखी ते अस कोई नहीं भर रहे, अस पाला दा पेट पाली है, अपना मां प्यो साफी है, ते केड़े पासे बंजिए दसो, ये जो जुलम साढ़े नाल होया पिया ते की करिए, अस कोई नहीं बिल भरने, साढ़े नाल जुलम होया तेरे तार ना इंसाफी होई है, ਸਾਡੇ ਨਿੱਕੇ ਨਿੱਕੇ ਬੱਚੇ ਨੂੰ ਕਿਹੜੇ ਪਾਸੇ ਬੱਚੇ ਸਾਰੇ ਦਿਨ ਮਜ਼ਦੂਰੀ ਕਰਦੇ ਆ। ਸਰ ਯੂਨਿਟ ਕਿਤਨੇ ਤੁਹਾਡੇ? ਸਾਡੇ ਯੂਨਿਟ ਕਿਤਨੇ? 20 ਯੂਨਿਟ। 20 ਯੂਨਿਟ ਹੈ ਪਰ ਬਿੱਲ ਵੇਖ ਲਓ ਕਿਤਨਾ ਆਇਆ ਵੀ ਹੈ। 7600 ਰੁਪਏ। 7600 ਰੁਪਏ। ਮੈਂ ਕਿਤੋਂ ਭਰਾਂ? ਮੈਂ ਨਹੀਂ ਭਰ ਸਕਦਾ, ਮੈਂ ਸਾਰੇ ਦਿਨ ਮਜ਼ਦੂਰੀ ਕਰੇ ਨਾ ਪੂਰੀ ਜੀ ਨਾ ਮੇਰੇ ਕੋਲ ਤਾਂ ਨਹੀਂ ਭਰ ਸਕਦੀ। ਮੈਂ ਕੋਈ ਨਹੀਂ ਭਰਨੇ ਵੇਲੇ ਪਏ ਉਹਦੇ ਆਪ ਪਾਸ। ਚੱਲ ਤੇਰਾ ਘਰ ਕੋਲ ਦੀ ਸ਼ਬਾਸ਼ ਸ਼ਰੀਫ ਦਾ ਕੀ ਹੋਇਆ ਜੀ? ਚੌਥੇ ਯੂਨਿਟ ਸੜਨ ਬਾਬਾ ਤੇਰੇ, ਚੌਥੇ ਯੂਨਿਟ ਸੜਨ, ਚੌਥਾ ਬਿੱਲ ਆਇਆ। ਪਹਿਲੇ ਕਿਤਨਾ ਆਉਂਦਾ ਜੀ? 500 ਤੋਂ 700 ਆਉਂਦਾ ਜੀ। ਹੁਣ ਤੁਸੀਂ ਕੀ ਆਖਣਾ ਚਾਹੁੰਦੇ ਹੋ ਗੌਰਮੈਂਟ ਨੂੰ? ਇਹ ਮਾਫ਼ ਕੀਤਾ ਜਾਵੇ? ਇਸ ਵਜ੍ਹਾ ਤੋਂ ਇਹਤਜਾਜ ਕਰ ਰਹੇ ਹੋ? ਬਾਹਰ ਕਿਆ ਆਇਆ।